ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼, ਮੈਂ ਹਰਪ੍ਰੀਤ ਸਿੰਘ, ਹੈਪੀ ਕੈਮਰਾਮੈਨ ਸੰਦੀਪ ਦੇ ਨਾਲ। ਅੱਜ ਅਸੀਂ ਪਹੁੰਚੇ ਹਾਂ ਅਜੀਜ਼ਪੁਰ ਟੋਲ ਪਲਾਜ਼ਾ ਚੰਡੀਗੜ੍ਹ। ਆਓ ਉੱਥੇ ਕਿਸਾਨ ਜਥੇਬੰਦੀਆਂ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ ਜੀ? ਲੋਚਾ ਸਿੰਘ ਨੰਡਿਆਲੀ, ਭਾਰਤੀ ਕਿਸਾਨ ਏਕਤਾ ਸਿੱਧੂਪੁਰ ਜੀ। ਕੀ ਕਹਿਣਾ ਚਾਹੁੰਦੇ ਜੀ ਇਸ ਅੰਦੋਲਨ ਦੇ ਬਾਰੇ? ਇਸ ਅੰਦੋਲਨ ਦੇ ਬਾਰੇ ਅਸੀਂ ਮੋਦੀ ਜਿਹੜੀ ਮੋਦੀ ਦੀਆਂ ਚੋਣਾਂ ਆਏ ਹਾਰੇ ਬੰਗਾਲ ਦੇ ਵਿੱਚ, ਇਹਦੇ ਅਸੀਂ ਬਹੁਤ ਵਧਾਈ ਦੇ ਪਾਤਰ ਹੈ। ਜਿਹੜੀ ਆਪਣੀ ਬੀਬੀ ਜੀ ਜਿੱਤ ਗਈ ਇੱਥੇ, ਅਤੇ ਹੁਣ ਵੀ ਅਸੀਂ ਜਿਹੜੀਆਂ ਅਗਲੀਆਂ ਚੋਣਾਂ, ਚਾਹੇ 2024 ਦੀ ਆ ਜਾਵੇ, ਮੋਦੀ ਸਰਕਾਰ ਨੂੰ ਹਰਾ ਕੇ ਅਸੀਂ ਆਪਣੇ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਕਰਾ ਕੇ ਦਿੱਲੀ ਤੋਂ ਵਾਪਸ ਆਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ ਜੀ? ਸਤਿ ਸ਼੍ਰੀ ਅਕਾਲ। ਤੁਸੀਂ ਕੀ ਇਸ ਅੰਦੋਲਨ ਦੇ ਬਾਰੇ ਕਹਿਣਾ ਚਾਹੁੰਦੇ? ਇਹਦੇ ਨਾਲ ਅੰਦੋਲਨ ਅੱਜ ਤੋਂ 7-7 ਮਹੀਨੇ ਪਹਿਲਾਂ ਜਦੋਂ ਸਟਾਰਟ ਹੋਇਆ ਸੀ, ਉਸ ਟਾਈਮ ਲੱਗ ਰਿਹਾ ਸੀ ਕਿ ਪੰਜਾਬੀਆਂ ਦਾ ਅਤੇ ਕਿਸਾਨਾਂ ਦਾ ਅੰਦੋਲਨ ਪੂਰੇ ਜਨ ਅੰਦੋਲਨ ਬਣ ਚੁੱਕਿਆ। ਸਾਰੇ ਭਾਰਤ ਦੇ ਵਿੱਚ ਇਸ ਅੰਦੋਲਨ ਦਾ ਅਸਰ ਹੈ। ਦੇਖਿਆ ਪਿਛਲੇ 4-5 ਸਟੇਟਾਂ ਦੀ ਇਲੈਕਸ਼ਨ ਹੋਈ ਹੈ, ਇਸ ਜਿਹੜੇ ਤੇ ਕਿਸਾਨੀ ਜ਼ਿਆਦਾ ਭਾਰੂ ਹੈ, ਉਹਨਾਂ ਸਟੇਟਾਂ 'ਚ ਬੀਜੇਪੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜੇਕਰ ਨਾ ਉਹਨਾਂ ਨੇ ਆਪਣੀ ਨੀਤੀਆਂ ਚੇਂਜ ਕੀਤੀਆਂ, ਤਾਂ ਆਉਣ ਵਾਲੇ ਦਿਨਾਂ 'ਚ ਜਿਹੜਾ ਧੜਕਣ ਬਣ ਗਏ ਮੋਰਚਾ ਕਿਸਾਨ, ਇਹਦੇ ਵਿੱਚ ਪਹਿਲਾਂ ਇਨਵੋਲਵ ਹੈ ਮਜ਼ਦੂਰ, ਦੁਕਾਨਦਾਰ, ਮੁਲਾਜ਼ਮ, ਦਿਨ ਪਰ ਦਿਨ ਮੋਰਚੇ ਦੇ ਖੁੱਲ੍ਹ ਰਹੇ ਹੈ। ਇੱਧਰ ਦੇ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਹੋਣਗੇ, ਬੀਜੇਪੀ ਨੂੰ ਹਰ ਥਾਂ ਮੂੰਹ ਦੀ ਖਾਣੀ ਪਵੇਗੀ ਜੇ ਉਹਨਾਂ ਨੇ ਆਪਣਾ ਰਵੱਈਆ ਠੀਕ ਬਣਾ ਦਿੱਤਾ। ਦੇਖੋ, ਜਿਹੜੇ ਕਿਸਾਨਾਂ ਦੀ ਸਾਰੀਆਂ ਜਥੇਬੰਦੀਆਂ ਦੇ ਮੇਨ ਲੀਡਰ ਹੈ, ਉੱਥੇ ਉਹਨਾਂ ਨੇ ਘਰ ਘਰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਬਾਰੇ ਬੰਗਾਲ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਆਉਣ ਵਾਲੇ ਦਿਨਾਂ 'ਚ ਕਿਸਾਨਾਂ 'ਤੇ ਬਹੁਤ ਜ਼ਿਆਦਾ ਮਾਰ ਪੈਣ ਵਾਲੀ ਹੈ। ਪਰ ਦੂਜਾ, ਬੀਜੇਪੀ ਨੇ ਵੀ ਸਾਰੇ ਜਿਹੜੇ ਕਾਇਦੇ ਕਾਨੂੰਨ ਹੈ, ਨੋਰਮਲਸ ਹੈ, ਉਹ ਸਾਰੇ ਛਿੱਕੇ 'ਤੇ ਟੰਗ ਕੇ ਸਾਰੀ ਸਰਕਾਰ ਉੱਤੇ ਬੈਠ ਕੇ ਮਮਤਾ ਦੇ ਖਿਲਾਫ਼ ਵੀ ਵੱਧ ਖਿਲਾਫ਼ੀ ਨਾਲ ਹੁੰਦੇ ਨੇ, ਉਹਦਾ ਵੀ ਨੁਕਸਾਨ ਹੋਇਆ ਬੀਜੇਪੀ ਸਰਕਾਰੀ ਹੋਈ ਹੈ। ਜੋ ਸਮਝ ਕੇ ਅਸੀਂ ਅਜਿੱਤ ਹੈ, ਪਰ ਲੋਕਾਂ ਨੇ ਦੱਸਦਾ ਤੁਸੀਂ ਅਜਿੱਤ ਨਹੀਂ, ਅਜਿੱਤ ਤਾਂ ਲੋਕਾਂ ਦੀ ਆਵਾਜ਼ ਹੈ, ਜੂੰ ਜੂੰ ਇਹ ਵੱਧਦੀ ਰਹੇਗੀ ਅਤੇ ਬੀਜੇਪੀ ਨੂੰ ਹਰ ਥਾਂ ਤੋਂ ਹਾਰ ਦਾ ਮੂੰਹ ਦੇਖਣਾ ਪਏਗਾ। ਜਦੋਂ ਤੱਕ ਇਹ ਅੰਦੋਲਨ ਜਦ ਤੱਕ ਚੱਲਦਾ ਰਹੂਗਾ, ਤਾਂ ਤੁਸੀਂ ਇੱਕ ਜਿਹੜਾ ਬੰਦ ਰੱਖੋਗੇ ਜੀ ਟੋਲ ਪਲਾਜ਼ੇ, ਜੋ ਬੰਦ ਕੀਤਾ ਹੋਇਆ ਕਿਸਾਨ ਅੰਦੋਲਨ ਨੂੰ ਕੱਲ੍ਹ, ਜਦੋਂ ਤੱਕ ਅੰਦੋਲਨ ਦੀ ਮਿਹਨਤ ਨਹੀਂ ਹੋਇਆ ਤੁਸੀਂ ਉਦੋਂ ਤੱਕ ਬੰਦ ਹੀ ਰਹਿਣਗੇ ਜੀ? ਮੈਂ ਹਰਕਿਸ਼ ਤਹਿਰਪੁਰਾ, ਮੈਂਬਰ ਸੰਪਰਕ ਪੰਜਾਬ ਦੀ ਬੇਸ ਦਾ ਸੀ। ਦੇਖੋ, ਸਾਡਾ ਇਹ ਮਤਲਬ ਸੱਤਾ ਹੀ ਭਾਵੇਂ ਕਰ ਰਿਹਾ ਸਾਡੀ ਜਦੋਂ ਤੱਕ ਕਿਸਾਨਾਂ ਦੇ ਕੇਂਦਰ ਸਰਕਾਰ ਜਿੰਦਗੀ ਮੋਦੀ ਸਰਕਾਰ ਕਿਸਾਨਾਂ ਦੇ ਕਾਲੇ ਕੋਈ ਵਾਪਸ ਨਹੀਂ ਲੈਂਦੀ, ਉਦੋਂ ਤੱਕ ਅਸੀਂ ਜਿਹੜਾ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖਾਂਗੇ, ਭਾਵੇਂ ਸਾਨੂੰ ਕੁਛ ਵੀ ਨਾ ਕਰਨਾ ਪਵੇ। ਪਰ ਜਿਹੜੀ ਇੱਥੋਂ ਦੀ ਮੋਦੀ ਸਰਕਾਰ ਕੇਂਦਰ ਦੀ, ਉਹ ਐਡੀ ਬੇਸ਼ਰਮ ਆ ਵੀ ਇਹਦੇ ਵਿੱਚ ਸਾਨੂੰ ਅੱਜ ਉੱਥੇ ਛੇਵਾਂ ਮਹੀਨਾ ਲੱਗ ਗਿਆ। ਅਸੀਂ ਦਿੱਲੀ 'ਚ ਬੈਠੇ ਨੇ, 2 ਮਹੀਨੇ ਪਹਿਲਾਂ ਅਸੀਂ ਪੰਜਾਬ ਦੇ ਬੈਠੇ, ਮੰਨ ਲਓ 8-9 ਮਹੀਨਾ ਸਾਡੇ ਦੋਸਤ ਚੱਲ ਗਿਆ, ਉੱਥੇ 350 ਤੋਂ ਵੱਧ ਬੰਦੇ ਵੀ ਸ਼ਹੀਦ ਹੋ ਗਏ। ਪਰ ਇਸ ਬੇਈਮਾਨ ਮੋਦੀ ਦੀ ਐਕਟੀਵਿਟੀ ਜੋ ਐਕਟੀਵ ਹੈ, ਨਾ ਹੀ ਇਹਨੇ ਕਦੇ ਕਿਸਾਨਾਂ ਨਾਲ ਹਾਨੀ ਕਰੀ, ਸਗੋਂ ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਇਹ ਆਪਣੀਆਂ ਜਿੰਨੀਆਂ ਵੀ ਕੋਈਆਂ ਚਾਲਾਂ ਚੱਲ ਸਕਦੇ ਸੀ, ਇਹਨੇ ਸਾਰੀਆਂ ਤਰੀਕੇ ਦੇ ਗਏ, ਪਰ ਕਿਸਾਨਾਂ ਨੇ ਵੀ ਕੁਝ ਕਾਮਯਾਬ ਹੋਏ। ਹੁਣ ਤੁਸੀਂ ਦੇਖਿਆ ਵੀ ਉਹ ਕਿਤੇ ਪਾਸ ਸਟੇਟਾਂ ਦਾ ਇਲੈਕਸ਼ਨ ਹੋਈ ਆ, ਉੱਥੇ ਮੋਦੀ ਨੂੰ ਆਪਣਾ ਹਾਰ ਕੇ ਅੰਦਰ ਨੂੰ ਦੇਖਣਾ ਪਿਆ। ਕਾਰਨ ਇਹੀ ਆ ਕਿ ਉਹਨਾਂ ਲੋਕਾਂ ਉੱਥੇ ਉਹਨਾਂ ਸੀਟਾਂ 'ਚ ਜਾ ਕੇ ਸਾਡੇ ਆਗੂਆਂ ਨੇ ਉਹਨਾਂ ਜ਼ਿਮੀਂਦਾਰਾਂ ਸਮਝਾਇਆ ਕਿ ਹੋਰ ਭਾਵੇਂ ਤੁਸੀਂ ਕਿਸੇ ਪਾਰਟੀ ਨੂੰ ਵੋਟ ਪਾ ਦਿਓ, ਕਿਸੇ ਵੀ ਵੋਟ 'ਚ ਵੋਟ ਪਾ ਦਿਓ, ਉਹਨਾਂ ਲੋਕਾਂ ਨੇ ਕਿਸਾਨਾਂ ਦੀ ਗੱਲ ਸੁਣੀ, ਉਹਨਾਂ ਦੀ ਗੱਲ ਸੁਣਨ ਦਾ ਨਤੀਜਾ ਹੀ ਜਿਹੜਾ ਕਿ ਅਸੀਂ ਜਿੰਨਾ ਚਿਰ ਸਾਡੇ ਕਾਨੂੰਨ ਸਾਡੇ ਵਾਪਸ ਨਹੀਂ ਲੱਗਦਾ, ਸਾਡੇ ਕਾਨੂੰਨ ਵੀ ਰੱਦ ਕਰ ਦਿੰਦੇ, ਅਸੀਂ ਆਪਣੇ ਜਿਹੜਾ ਸੰਘਰਸ਼ ਜਾਰੀ ਰੱਖਾਂਗੇ, ਭਾਵੇਂ ਉਹ ਪੰਜਾਬ ਦਾ ਸਾਨੂੰ ਠੀਕ ਹੈ ਸਾਰਾ ਜਾਣੀ। ਦੇਖੋ, ਅਸੀਂ ਜਿੱਥੇ ਵੀ ਇਲੈਕਸ਼ਨਾਂ ਹੋਣਗੀਆਂ ਅਸੀਂ ਉੱਥੇ ਬੀਜੇਪੀ ਦਾ ਵੋਟ ਕਰਾਂਗੇ, ਪੰਜਾਬ 'ਚ ਜ਼ਰੂਰੀ ਹੈ, ਕਿਉਂਕਿ ਬੀਜੇਪੀ ਜਿਹੜੀ ਪਾਰਟੀ ਆ ਕੇਂਦਰ ਦੀ, ਉਹ ਜੱਗ ਜਾਹਰ ਹੋ ਗਈ ਹੈ, ਇਸ ਕਰਕੇ ਕਿਸਾਨ ਇਹਦਾ ਸਦਾ ਹੀ ਵਿਰੋਧ ਕਰਦੇ ਰਹਿਣਗੇ, ਜਿੰਨਾ ਕਿ ਆਪਣੇ ਕੰਮ ਕਾਲੀ ਹੋਰ ਭਾਵੇਂ ਕਿਸੇ ਵੀ ਸਟੇਟ 'ਚ ਇਹਦਾ ਵਿਰੋਧ ਕਰ।